ਇਕ ਨਾ ਜੀ ਇਸਮਾ ਘਟਨਾ ਹੈ ਪੱਤਰਕਾਰ ਕੀ ਮੌਤ ਪੱਤਰਕਾਰ ਦੀ ਮੌਤ ਕਹਾਵਾ ਮਾ ਘਟਨਾ ਹੈ ਬਈ ਬਾਜ਼ਾਰ ਵਿੱਚ ਬਾਜ਼ਾਰ ਮਨ ਉਹ ਦੁਕਾਨਦਾਰ ਹੈਗੇ ਆ ਦੁਕਾਨਦਾਰ ਕਹਿ ਰਹੇ ਆ ਸ਼ਟਰ ਬੰਦ ਕਰ ਦਿਓ ਉਹ ਕਹਿੰਦੇ ਕੀ ਹੋ ਗਿਆ ਕਿ ਸ਼ਟਰ ਬੰਦ ਕਰ ਦਿਓ ਫਰਾਂਨੇ ਸ਼ਟਰ ਬੰਦ ਕਰ ਦਿਓ ਫਰਾਂਨੇ ਸ਼ਟਰ ਬੰਦ ਕਰ ਦਿਓ ਕੀ ਹੋ ਗਿਆ ਉਹ ਕਹਿੰਦੇ ਹੋਣਾ ਕਿ ਆ ਵੀ ਸਟੇਸਲੇ ਆਇਆ ਕਿ ਨਹੀਂ ਅਖੇ ਫਿਰ ਕੀ ਹੋ ਗਿਆ ਕਿ ਪੱਤਰਕਾਰ ਆਏ ਹੋਏ ਆ ਦਿਵਾਲੀ ਮੰਗ ਰਿਹਾ ਸਾਲੇ ਹੂੰ ਮਤਲਬ ਕਿ ਵੀ ਇਹੋ ਜੀ ਘਟਿਆ ਕਰਮ ਹੈਗਾ ਪੱਤਰਕਾਰ ਇਹ ਜੇ ਆ ਪੱਤਰਕਾਰ ਰੇੜੀ ਪਾ ਕੁਲਚੇ ਖਾਗਾ ਗਰੀਬ ਬੰਦੇ ਦੇ ਪਾਸ ਤੇ ਕਾਰਡ ਦਿਖਾ ਦੇਗੇ ਆਪਣਾ ਇਹ ਜੇ ਪੱਤਰਕਾਰ ਆ ਵੀ ਪੈਦਾ ਹੋਗੇ ਪੰਜਾਬ ਮਾ ਪੰਜਾਬ ਮਾ ਕਈ ਥਾਵਾਂ ਇਸ ਤਰ੍ਹਾਂ ਦੇ ਪੱਤਰਕਾਰ ਵੀ ਹੈਗੇ ਆ ਤੋ ਇਸ ਤਰ੍ਹਾਂ ਦੇ ਪੱਤਰਕਾਰ ਹੈਗੇ ਆ ਜਿਹੜੇ ਕਿ ਹੋਟਲਾਂ ਵਿੱਚ ਬੜੀਆਂ-ਬੜੀਆਂ ਪਾਰਟੀਆਂ ਉਹ ਇੱਕ ਦਿਨ ਬਾਤ ਸੁਣਾਵਾਂ ਇੱਕ ਬੰਦਾ ਥਾ ਪੱਤਰਕਾਰ ਨਵਾਂ ਨਵਾਂ ਬਣਿਆ ਥਾ ਇੱਕ ਬੰਦਾ ਆਇਆ ਐਨ ਆਰ ਆਈ ਐਨ ਆਰ ਆ ਬੰਦਾ ਕਿ ਪੜਾਈ ਕਰਦਾ ਉਹ ਐਨ ਆਰ ਆਈ ਕਹਿਣ ਲੱਗਾ ਇਹ ਮੈਂ ਲੀਡਰ ਬਣਨਾ ਚਾਹਾਂ ਯਾਰ ਕੋਈ ਬਾਤ ਨਹੀਂ ਜੀ ਲੀਡਰ ਬਣ ਜਾਏਗਾ ਪਹਿਲਾਂ ਪੱਤਰਕਾਰਾਂ ਕੇ ਪਾ ਜਾਈਏ ਆਪਾਂ ਕਰੋ ਜੀ ਪ੍ਰੈਸ ਕਾਨਫਰੰਸ 15 ਕੇ ਬੰਦੇ ਹੋਮੇਗੇ ਜੀ ਦੇਖੋ ਤੇ 2-4 ਬੋਤਲਾਂ 5-4 ਬੋਤਲਾਂ 8-10 ਮੁਰਗੇ ਲੱਗੇਗੇ ਪ੍ਰੈਸ ਕਾਨਫਰੰਸ ਹੋ ਜੀ ਗਈ ਆਪਣੀ ਕੱਲ ਨੂੰ ਤੁਹਾਡੀ ਬੱਲੇ ਬੱਲੇ ਹੋ ਜਾਣੀ ਥਾਰੀ ਹੈ ਜੀ ਹੋ ਗਿਆ ਠੀਕ ਹੈ ਤਾਂ ਉਹਨੇ ਉਹਨੇ ਪੱਤਰਕਾਰ ਨੇ ਕਿਹਾ ਬਈ ਇੱਕ ਰੱਖੋ ਵੀ ਉਹਦਾ ਮਹਿੰਗਾ ਹੋਟਲ ਹੈ ਇੱਕ ਇੱਕ ਕਿਨਾਰ ਫੜ ਕੇ ਪਾਸ ਉੱਥੇ ਜੀ ਆਪਣਾ ਇੱਕ ਨੇ ਕਿਹਾ ਬਈ ਆ ਜਾਓ ਉੱਥਾ ਬਈ ਵੀ ਇੱਕ ਐਨ ਆਰ ਆਇਆ ਹੋਇਆ ਅਗੇ ਠੀਕ ਹੈ ਤਾ ਦੂਜੇ ਨੇ ਕਿਹਾ ਵੀ ਐਨ ਆਰ ਆਈ ਆਇਆ ਹੋਇਆ ਤਾਂ ਉੱਥੇ 100 ਪੱਤਰਕਾਰ ਇਕੱਠਾ ਹੋ ਗਿਆ ਹੋਟਲ 'ਵਾਂ ਬਈ ਅੱਛੀ ਪਾਰਟੀ ਹੋਣੀ ਆ ਹੁਣ ਪੱਤਰਕਾਰ ਬੈਠਿਆ ਕੁੜਮ ਲੁਕੜੂ ਨਾ ਕਰ ਰਿਹਾ ਕੀੜੀਆਂ ਮੰਗੂ ਉੱਥਾ ਸਾਰੇ ਪੱਤਰ ਬੈਠੇ ਆ ਤਾਂ ਉਹ ਜਿਹੜਾ ਐਨ ਆਰ ਆਈ ਵਿਚਾਰਾ ਦੇਖੇ ਬੈਠਾ ਮੁੱਛਾਂ ਨੇ ਕਰੀ ਜਾਇਆ ਵੀ ਯਾਰ ਕਿਆ ਕਰੇ ਇਹ ਵੀ ਕਿਆ ਕਰਾਂ ਮੈਂ 100 ਪੱਤਰਕਾਰ ਨੂੰ ਮਹਿੰਗੇ ਹੋਟਲ 'ਵਾਂ ਰੋਟੀ ਕੌਣ ਖਲਾਵੇਗਾ ਹੈ ਜੀ ਤਾਂ ਉਸਨੇ ਕੀ ਕਿਹਾ ਕਿਆ ਕਰਿਆ ਜੀ ਉਸਨੇ ਬੋਤਲ ਪਈ ਚੱਕੀ 100 ਪੇਪਰ ਦੀ ਬੋਤਲ ਉਹਨੇ ਉਹ ਚੱਕੀ ਬੋਤਲ ਆਰ ਮੂੰਹ ਲਾ ਲਈ ਐਨ ਆਰ ਆਈ ਨੇ ਲਾ ਕੇ ਪੂਰਾ ਪੀ ਗਿਆ ਮੇਰੇ ਨਾਲ ਡੱਗ ਗਿਆ ਉਹ ਪੀ ਕੇ ਕੁਝ ਕੇ ਟਾਈਮ ਬਾਅਦ ਕਹਿਣ ਲੱਗਾ ਉਹ ਮੇਰੀ ਬਾਤ ਸੁਣੋ ਪੱਤਰਕਾਰ ਨੂੰ ਕਹਿਣ ਲੱਗਾ ਮੇਰੀ ਬਾਤ ਸੁਣੋ ਹਾਂ ਆਖੇ ਮੰਨੂ ਨਹੀਂ ਪਤਾ ਥਾ ਵੀ ਥਮੇ ਇੰਨੇ ਇਕੱਠੇ ਹੋ ਜਾਓਗੇ ਮਨ ਤਾਂ ਜੋ ਕਹੇ ਕਹੇਦਾ ਵੀ 15 ਕਿ ਥਮੇ ਇਕੱਠੇ ਹੋਵੋਗੇ 15 ਗਾਏ ਸੇਵਾ ਕਰਨੀ ਆ ਆਪਾਂ ਨੇ ਬਈ ਦੇਖੋ ਭਾਈ ਮੇਰੇ ਖਿਲਾਫ ਲਾਓ ਭਾਵੇਂ ਖਬਰ ਭਾਵੇਂ ਲਾਓ ਮੇਰੇ ਵਿਰੁੱਧ ਖਬਰ ਮੈਂ ਤੁਹਾਨੂੰ ਇੰਨੀ ਰੋਟੀ ਖਿਲਾਸਦਾ ਬਰਾਤ ਨੂੰ ਮੰਨੂ ਕੋ ਰੋ ਮਾਫ ਮਤਲਬ ਕਿ ਵੀ ਹੁਣ ਇਹ ਵੀ ਸਮੋ ਸਾਰੇ ਪੱਤਰਕਾਰ ਦੇਖੇ ਨਾਲ ਦਰਦ ਨੂੰ ਵੀ ਕਿਆ ਕਰੀਏ ਆਪਾਂ ਬਚੇਰੇ ਸਾਰੇ ਆਪਣੀ ਬਿੱਲੀ ਜੀ ਫੂਕੇ ਆ ਗਏ ਤਾਂ ਇਸ ਤਰ੍ਹਾਂ ਕੇ ਵੀ ਪੱਤਰਕਾਰ ਹੈਗੇ ਆ ਮਤਲਬ ਕਿ ਹਾਲਾਤ ਜਿਹੜੇ ਲੋਕ ਸੋਚੇ ਤੇ ਵੀ ਯਾਰ ਪੱਤਰਕਾਰ ਥੰਮ ਮੈਂ ਫਲਾਣਾ ਹੈ ਧਮਕਾਣਾ ਹੈ ਜੋਥਾ ਥੰਮ ਮੈਂ ਜਿੰਨਾ بڑا ਥੰਮ ਕਵਾ ਨਾ ਪੱਤਰਕਾਰ ਆਪਣੇ ਆਪ ਨੂੰ ਉਸ ਦੀ ਪੀੜੀ ਦੇਖ ਲਓ ਮੜਾ ਹੇਟਾਂ ਦੇ ਕੀਤਨਾ ਕੀ ਆ ਬਸੋ ਪਤਾ ਲੱਗ ਜਾਏਗਾ ਆਪਾਂ ਨੂੰ ਸੋ ਅੱਜ ਕੀ ਸ਼੍ਰੀਕ ਮੈਂ ਜਿੱਤਨਾ ਥੰਨਾ ਗਿਆ ਵੀ ਰਵੀਸ਼ ਕੁਮਾਰ ਵੀ ਬਾਤ ਕਰ ਰਿਹਾ ਜਾਂ ਵੀ ਥੰਮੇ ਤਾਂ ਦੇਖਿਆ ਸਾਰਾ ਕੁਝ ਵੀ ਜਦ ਆਪਾਂ ਸਵੇਰੀ ਖਬਰ ਪੜ੍ਹਾਂ ਤਾਂ ਮੇਰਾ ਖਿਆਲ ਹੈ ਵੀ ਤਰਵਾਸ ਨਹੀਂ ਮਿਲਦਾ ਹੈਗਾ ਬੰਦੇ ਨੂੰ ਵੀ ਯਾਰ ਵੀ ਮੇਰੇ ਹੱਕ ਵੀ ਬੰਦੇ ਨੇ ਜਿਹੜੀ ਖਬਰ ਲਿਖੀ ਹੈ ਅਸਲ ਖਬਰ ਤਾਂ ਕਿਤੇ ਮਰ ਜਾ ਤੇ ਜਿਹੜੇ ਜੋ ਚਾਹਾਂ ਸਮੇਂ ਦਾ ਜਿਹੜਾ ਹਾਕਮ ਹੈ ਉਹ ਛਪ ਰਿਹਾ ਉਹੀ ਛਪ ਰਿਹਾ ਨਾ ਫਿਰ ਅਸਲ ਖਬਰ ਹੁਣ ਦੇਖ ਸੰਗਤ ਦਰਸ਼ਨ ਹੋ ਰਿਹਾ ਸੰਗਤ ਦਰਸ਼ਨ ਮੈਂ ਤਿੰਨ ਚਾਰ ਬੰਦੇ ਸਗੈਤਾਂ ਆ ਗਏ ਆ ਪੰਜ ਸੱਤ ਸਗੈਤਾਂ ਆ ਗਏ ਆ ਸੰਗਤ ਦਰਸ਼ਨ ਸਗੈਤਾਂ ਨਵਾਰਨ ਵਾਲਾ ਬੰਦਾ ਕੌਣਾ ਡਿਸਟ੍ਰਿਕਟ ਦਾ ਡੀਸੀ ਡੀਸੀ ਪਹੁੰਚ ਨਹੀਂ ਜਾ ਉੱਥੇ ਪ੍ਰੈਸ ਨੋਟ ਕਰ ਰਿਹਾ ਡੀਪੀਆਰਓ ਜਿਹੜਾ ਹੈਗਾ ਲੋਸੰਬਰ ਕਾ ਉਸ ਪੰਜਾਬ ਵੀ ਗੱਲ ਕਰਦਾ ਪੰਜਾਬ ਕੋ ਚਿੱਤਰਾਂ ਦਾ ਹੋ ਰਿਹਾ ਜਾਰੀ ਕਰ ਰਿਹਾ ਇਸ ਕੈਤਾ ਨਵਟਾਰਾ ਹੋ ਗਿਆ ਪੱਤਰਕਾਰ ਆਪ ਰਹੇ ਡੀਸੀ ਭਾਵੇਂ ਉੱਥੇ ਆਵੇ ਭਾਵੇਂ ਨਾ ਆਵੇ